وعلى آله الطيبين الطاهرين وأصحابه المكرمين المعزمين أجمعين. أما بعد، فأعوذ بالله من الشيطان الرجيم. بسم الله الرحمن الرحيم. سبحان الذي أسرى بعبده ليلا من المسجد الحرام إلى المسجد الأقصى الذي باركنا حوله الذي باركنا حوله لنريه من آياتنا إنه هو السميع البصير. صدق الله مولانا العظيم وصدق رسوله النبي الكريم. قال الله تعالى في شأن حبيبه صلى الله عليه وسلم مخبرا وآمرا: إِنَّ اللَّهَ وَمَلَائِكَتَهُ يُصَلُّونَ عَلَى النَّبِيِّ يَا أَيُّهَا الَّذِينَ آمَنُوا صَلُّوا عليه وسلموا تسليما. سب مل کے درود پاک پڑھو محبت نال جتنے دوست بنا سن. ہر خطیب دا اپنا ایک مزاج اور اس دی عادت ہے. میں اپنے سامعین کولوں ابتدا وچ اکو ہی درخواست کردا کہ جس محبت اور عقیدت اور پیار اور اپنے دل دے چاہ تے من دی ریجھ نال تسی میرے آقا علیہ السلام تے درود پاک پڑھو گے، میں او درود پاک سن کے پھر اسی طرح تقریر کرن دی کوشش کراں گا. تسی چکے بہتے ہو، میں کلا، اس واسطے پہل تہاڈی. میرے نہایت ہی قابل سد احترام محترم بزرگو، دوستو، بھائیو، عزیز ساتھیو، ذی وقار علماء و خطبہ اہل سنت، گرامی قدر،
ਅੱਜ ਦੀ ਇਸ ਬਾਬਰਕਤ ਔਰ ਮੁਕੱਦਸ ਔਰ ਪਾਕੀਜ਼ਾ ਮਹਿਫਲ ਪਾਕ ਵਿੱਚ ਮੇਰੀ ਔਰ ਆਪ ਸਭ ਦੀ ਹਾਜ਼ਰੀ ਯਕੀਨਨ ਬਾਇਸੇ ਸਾਦਤ ਹੈ। ਮੇਰੇ ਬਰਾਦਰੇ ਮੁਕਰਮ, ਤੁਹਾਡੀ ਇਸ ਮਸਜਿਦ ਦੇ ਖਤੀਬੇ ਮੁਅੱਜ਼ਮ ਹਜ਼ਰਤ ਮੌਲਾਨਾ ਕਾਰੀ ਗੁਲਾਮ ਯਾਸੀਨ ਸਾਹਿਬ, ਬਜ਼ੁਰਗ ਆਲਮ ਦੀਨ ਔਰ ਮੇਰੇ ਬੜੇ ਦੀਰੀਨਾ ਮਿਹਰਬਾਨ ਹਜ਼ਰਤ ਮੌਲਾਨਾ ਬਰਕਾਤੀ ਸਾਹਿਬ, ਮੇਰੇ ਅਜ਼ੀਜ਼ ਮੁਹਤਰਮ ਜਨਾਬ ਕਾਰੀ ਅਬਦੁਲ ਰਸ਼ੀਦ ਸਾਹਿਬ ਔਰ ਮੇਰੇ ਵਾਲਦੇ ਗਿਰਾਮੀ ਰਹਿਮਤੁੱਲਾਹ ਤਾਲਾ ਅਲੈਹ ਦੇ ਦੇਰੀਨਾ ਸਾਥੀ ਔਰ ਪਿਆਰੇ ਦੋਸਤ ਮੁਹਤਰਮ ਹਾਜੀ ਅਬਦੁਲ ਰਸ਼ੀਦ ਸਾਹਿਬ, ਤੁਹਾਡੇ ਖਤੀਬ ਸਾਹਿਬ ਐਲਾਨ ਫਰਮਾ ਰਹੇ ਸਨ, ਉਹਨਾਂ ਨੇ ਬੜੀ ਮੁਹੱਬਤ ਔਰ ਬੜੇ ਪਿਆਰ ਦੇ ਨਾਲ ਮੇਰਾ ਤਾਰਫ ਕਰਵਾ ਕੇ ਬੜਾ ਬੜਾ ਚੜ੍ਹਾ ਕੇ ਮੇਰੇ ਜਿਹੇ ਨਿਕੰਮੇ ਅਤੇ ਕਮਜ਼ੋਰ ਅਤੇ ਲਿੱਸੇ ਜਿਹੇ ਬੰਦੇ ਨੂੰ, ਜਿਹੜਾ ਥੋੜ੍ਹੀ ਦੇਰ ਬਾਅਦ ਪੱਗ ਉਤਾਰ ਦੇਗਾ, ਸਿਰ 'ਤੇ ਟੋਪੀ ਰੱਖ ਲਏਗਾ ਅਤੇ ਮੈਂ ਮੌਲਵੀ ਲੱਗਣਾ ਹੀ ਨਹੀਂ, ਮੈਂ ਆਪ ਬੰਦਾ ਬਣ ਜਾਣਾ। ਇਹ ਉਹਨਾਂ ਦੀ ਆਪਣੀ ਮੁਹੱਬਤ ਹੈ। ਪਹਿਲੇ ਦੁਆ ਕਰੋ ਕਿ ਅੱਲਾਹ ਰੱਬੁਲ ਇੱਜ਼ਤ ਮੈਨੂੰ ਉਵੇਂ ਹੀ ਕਰ ਦੇਵੇ ਜਿਵੇਂ ਉਹਨਾਂ ਆਖਿਆ ਹੈ। ਕਹਿ ਦਿਓ ਆਮੀਨ, ਕਹਿ ਦਿਓ ਯਾਰ ਆਮੀਨ। ਨੰਬਰ ਦੋ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੈਨੂੰ ਆਪਣੇ ਵਾਲਦੇ ਗ੍ਰਾਮੀ ਰਹਿਮਤੁੱਲਾਹ ਤਾਲਾ ਅਲੈਹ ਦੀ ਮੁਸਤਜਾਬ ਔਰ ਕਬੂਲ ਦੁਆਵਾਂ ਦੇ ਨਤੀਜੇ ਵਿੱਚ ਆਪਣੇ ਲਾਇਕ ਅਸਾਤਜ਼ਾ ਦੇ ਜੋੜੇ ਸਿਰ 'ਤੇ ਚੁੱਕਣ ਦੇ ਨਤੀਜੇ ਵਿੱਚ ਹਾਸਲ ਹੋਣ ਵਾਲੀ ਸਾਦਤ ਵਿੱਚ ਲੋਕ ਮੈਨੂੰ ਚੰਗਾ ਮੌਲਵੀ ਸਾਹਿਬ ਕਹਿੰਦੇ ਨੇ। ਮਗਰ ਮੈਂ ਇੱਕ ਹਕੀਕਤ ਦਾ ਇਦਰਾਕ ਤੁਹਾਨੂੰ ਕਰਾ ਦੇਵਾਂ, ਜੇ ਸਾਰਿਆਂ ਨੂੰ ਸਮਝ ਆ ਜਾਵੇ ਤਾਂ ਮੇਰਾ ਕੋਈ ਰੌਲਾ ਨਹੀਂ ਜੇ, ਔਰ ਅਗਰ ਜੱਗ ਉੱਤੇ ਹਕੀਕਤ ਸਮਝ ਵਿੱਚ ਆ ਜਾਵੇ ਕਿਸੇ ਦਾ ਵੀ ਕੋਈ ਰੌਲਾ ਨਹੀਂ, ਰੌਲਾ ਸਿਰਫ ਉਸ ਮਹਿਬੂਬ ਦਾ ਜਿਹਦੀ ਖਾਤਰ ਉਹਨੇ ਆਪ ਅੱਜ ਰਾਤ ਦਾ ਰੌਲਾ ਪਾਇਆ। ਮੇਰਾਜ ਵੀ ਰੌਲਾ ਹੀ ਹੈ ਨਾ, ਐਸੀ ਘੁੰਮਣ ਕੋਰੀ ਦਿੱਤੀ ਸੂ। ਪਹਿਲੇ ਆਪਣੀ ਗੱਲ ਕਰ ਲਈਏ ਨਾ, ਮੈਂ ਦੱਸਾਂ ਕਿ ਮੇਰਾ ਕੋਈ ਰੌਲਾ ਨਹੀਂ। ਮੇਰਾ ਰੌਲਾ ਕਿਆ ਕਿ ਖਾਕ ਮੁਝ ਮੈਂ ਕਮਾਲ ਰੱਖਾ ਹੈ, ਜੇ ਜ਼ੇਹਨ ਔਰ ਦਿਮਾਗ ਔਰ ਜ਼ੁਬਾਨ ਉੱਤੇ ਬੋਝ ਨਾ ਪਵਿਆ, ਮੇਰਾਜ ਦੀ ਰਾਤ ਮੇਰੇ ਮੁਸਤਫਾ ਦੀ ਨਾਤ ਪੜ੍ਹਨਾ ਤੇਰਾ ਕੰਮ ਏ, ਕਬਰ ਤੋਂ ਲੈ ਕੇ ਹਸ਼ਰ ਤੱਕ ਨਾਤਾਂ ਸੁਣਾਉਣਾ ਤੇਰਾ ਕੰਮ ਏ, ਸੁਣਨਾ ਮੇਰੇ ਮੁਸਤਫਾ ਦਾ ਕੰਮ ਏ। ਖਾਕ ਮੁਝ ਮੈਂ ਕਮਾਲ ਰੱਖਾ ਹੈ, ਯਾਰੋ ਖਾਕ ਮੁਝ ਮੈਂ ਕਮਾਲ ਰੱਖਾ ਹੈ। ਅਬ ਸਾਰੇ ਕਹੋ ਉਸ ਹਕੀਕਤ ਕੋ, ਬਸ ਮੁਸਤਫਾ ਨੇ ਸੰਭਾਲ ਰੱਖਾ ਹੈ। ਜਿਹੜੇ ਬੰਦੇ ਦਾ ਮੇਰੇ ਨਾਲ ਏਕਾ ਹੋ ਜਾਵੇ, ਅਕੀਦਾ ਰਲ ਜਾਵੇ, ਜ਼ੁਬਾਨ ਸਾਥ ਦੇਵੇ, ਆ ਤਕੜਾ ਹੋ ਕੇ ਕਹੇ ਬਸ ਮੁਸਤਫਾ ਨੇ ਸੰਭਾਲ। ਹਾਲੇ ਮਜ਼ਾ ਨਹੀਂ ਆ ਤੇਰਾ, ਮੁਹੱਬਤ ਔਰ ਪਿਆਰ ਨਾਲ ਕਹਿ ਦੀ ਯਾਰ ਵਾਲਿਆ, ਮੇਰੇ ਸ਼ਹਿਰ ਨਾਲ ਬੜਾ ਮੁਹੱਬਤ ਔਰ ਪਿਆਰ ਦਾ ਰਿਸ਼ਤਾ ਹੈ, ਬੜਾ ਪੁਰਾਣਾ। ਇਸ ਸ਼ਹਿਰ ਵਿੱਚ ਬਹੁਤ ਸਾਰੇ ਪਿਆਰੇ ਦੋਸਤ ਮੇਰੇ ਵਾਲਦੇ ਗ੍ਰਾਮੀ ਰਹਿਮਤੁੱਲਾਹ ਦੇ ਸਾਥੀ ਨੇ, ਮੈਨੂੰ ਵੈਸੇ ਇੱਥੇ ਬੁਲਾ ਕੇ ਪਾਤ ਅਜ਼ਮਾਇਸ਼ ਦਿੱਤਾ ਕਾਰੀ ਸਾਹਿਬ ਨੇ ਵੀ ਅਤੇ ਮੌਲਾਨਾ ਸਾਹਿਬ ਨੇ ਵੀ। ਹੁਣ ਮੈਂ ਤੁਹਾਨੂੰ ਇਮਤਿਹਾਨ ਦੇਣਾ, ਅੱਲਾਹ ਕਰੇ ਕੋਈ ਨੰਬਰ ਵੱਲ ਮੈਂ ਗਿਆ। ਲੇਕਿਨ ਇੱਕ ਗੱਲ ਆਪੇ ਬੋਲ ਪਵੋ ਤਾਂ ਬੜੀ ਚੰਗੀ ਗੱਲ ਜੇ, ਇਹ ਵੀ ਤੁਹਾਨੂੰ ਦੱਸ ਦੇਵਾਂ, ਆਪੇ ਬੋਲ ਪਵੋ, ਮੇਰੇ ਨਾਲ ਸਾਥ ਦੇ ਦੇਵੋ, ਇਹ ਬੜੀ ਚੰਗੀ ਗੱਲ ਜੇ। ਅੱਲਾਹ ਦੀ ਕਸਮ, ਮੈਂ ਉਸ ਗੌਸ ਦਾ ਮੁਰੀਦ ਹਾਂ ਜਿਹਦੇ ਨਾਂ ਲਿਆ ਜਿੰਨ ਬੋਲ ਪੈਂਦੇ ਨੇ। ਗੱਲ ਸਮਝ ਆਈ ਦੇ, ਇਸ ਵਾਸਤੇ ਰੱਖੋ ਬਸ ਮੁਸਤਫਾ ਨੇ ਸੰਭਾਲ
ਸੰਭਲੇ ਸੰਭਲੇ ਤੇਰਾ ਹੱਥ ਉੱਤਕ ਰਿਹਾ ਹੱਥ ਹੈ ਬਸ ਮੁਸਤਫਾ ਨੇ ਸੰਭਾਲ ਖਾਕ ਮੁਝ ਮੇਂ ਕਮਾਲ ਰੱਖਾ ਹੈ ਉਹ ਮੈਂ ਸੱਚੇ ਰਵਾਂ ਮਨਾਂ ਦੇ ਲਾਲ ਦੇ ਬਸ ਮੁਸਤਫਾ ਨੇ ਸੰਭਾਲ ਔਰ ਇੱਕ ਗੱਲ ਯਾਦ ਰੱਖੀ ਸਿਰਫ ਅੱਜ ਦਾ ਨਹੀਂ ਸੰਭਾਲਿਆ ਅੱਲਾ ਫਰਮਾਉਂਦਾ ਮੈਂ ਯਾਰ ਨੂੰ ਪਹਿਲਾਂ ਹੀ ਸੰਭਾਲਣ ਵਾਸਤੇ ਕੀਤਾ ਹੈ ਤੁਸੀਂ ਕਹੋਗੇ ਤੂੰ ਕਿਉਂ ਕਹਿਣਾ ਹੈ ਮੇਰਾ ਵਾਦਰਾ ਮੁਲਮਾਲ ਮੁਖਤਲਿਫ ਹੁੰਦਾ ਹੈ ਮੈਂ ਐਸਾ ਕਾਇਲ ਖਤੀਬ ਹਾਂ ਐਸਾ ਕਾਫਿਲ ਜਿਹਨੇ ਕਦੇ ਪੜ੍ਹਿਆ ਹੀ ਨਹੀਂ ਮੈਂ ਸੁੱਤਾ ਉੱਠਣਾ ਦੇ ਬਾਅਦ ਸ਼ੁਰੂ ਕਰ ਦਿੰਦਾ ਕਿੱਥੇ ਪੜ੍ਹੇ ਬੰਦਾ ਕਿਤਾਬਾਂ ਕਿਹੜਾ ਕਰੇ ਮੁਤਾਲਾ ਕਿਸ ਰੌਲੇ 'ਚ ਪਵੇ ਮੈਂ ਸੰਭਾਲ ਰੱਖਾਂ ਦੀ ਗੱਲ ਸੁਣਾ ਦਿੰਦਾ ਸਮਝ ਆਪੇ ਜਾਏ ਮੈਂ ਰੱਬ ਕਾਇਨਾਤ ਦੀ ਬਾਰਗਾਹ ਵਿੱਚ ਲੈ ਚੱਲਾਂ ਫੈਸਲਾ ਕਰਕੇ ਪਹਿਲੇ ਦੱਸ ਲਓ ਕੁਰਾਨ ਸੁਣਨਾ ਪਸੰਦ ਕਰੋਗੇ ਬੋਲੋ ਦੱਸੀ ਇਹ ਸ਼ੇਰ ਤਾਂ ਮੈਂ ਜਾਣ ਕੇ ਤੁਹਾਨੂੰ ਸੁਨੀਆ ਬਰੇਲੀਆਂ ਨੂੰ ਟੀਕਾ ਲਾਇਆ ਵੀ ਤੁਸੀਂ ਟੀਕਾ ਲਾ ਕੇ ਉਠਾਉਂਦੇ ਹੋ ਐ ਕਾਸ਼ ਅੱਲਾ ਅਹਲੇ ਸੁਨਤ ਦੇ ਉਲਮਾ ਨੂੰ ਤੌਫੀਕ ਅਤਾ ਫਰਮਾਵੇ ਉਹ ਰੱਬ ਦਾ ਕਲਾਮ ਪੜ੍ਹ ਮੇਰੇ ਵਾਲਦੇ ਗ੍ਰਾਮੀ ਰਹਿਮਤੁੱਲਾ ਤਾਲਾ ਅਲੇ ਦੀ ਤਰਬੀਅਤ ਦਾ ਅਸਰ ਮੈਨੂੰ ਅੱਬਾ ਜੀ ਰਹਿਮਤ ਨੇ ਫਰਮਾਇਆ ਖਤੀਬ ਆਪਣੀ ਤਕਰੀਰ ਵਿੱਚ ਨਾ ਅੱਧਾ ਕੋਈ ਸ਼ੇਰ ਪੜ੍ਹੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ੇਰ ਪੜ੍ਹਿਆ ਜ਼ੌਕ ਪੈਦਾ ਹੁੰਦਾ ਹੈ ਸ਼ੌਕ ਪੈਦਾ ਹੁੰਦਾ ਹੈ ਲੇਕਿਨ ਯਾਦ ਰੱਖ ਅੱਲਾ ਦਾ ਕੁਰਾਨ ਪੜ੍ਹਿਆ ਤਕਰੀਰ ਉੱਤੇ ਨੂਰ ਆ ਜਾਂਦਾ ਹੈ ਹੁਣ ਮੈਂ ਰੱਬ ਕਾਇਨਾਤ ਦੇ ਕੁਰਾਨ ਦੀ ਇਬਤਦਾਈ ਆਇਤ ਪੜ੍ਹਨ ਲੱਗਾ ਤੇ ਤੈਨੂੰ ਦੱਸਣ ਲੱਗਾ ਸੰਭਾਲ ਰੱਖਾ ਹੈ ਕਿਵੇਂ ਫਿਰ ਅੱਗੋਂ ਕਰ ਲਾਂਗੇ ਕਿਉਂਕਿ ਇਹ ਰਾਤ ਮੇਰਾਜ ਦੀ ਰਾਤ ਹੈ ਵਾਕਿਆ ਮੇਰਾਜ ਨੂੰ ਉਲਮਾ ਕੋਲੋਂ ਤੁਸੀਂ ਬੇਸ਼ੁਮਾਰ ਵਾਰੀ ਸੁਣਿਆ ਉਹ ਸਦੀਸੇ ਮੇਰਾਜ ਨੂੰ ਹੀ ਬਿਆਨ ਕਰਨਾ ਹੈ ਹਰ ਖਤੀਬ ਨੇ ਆਪਣੇ ਰੰਗ ਵਿੱਚ ਮਗਰ ਜਿਹੜੀ ਗੱਲ ਮੈਂ ਕਹਿਣ ਲੱਗਿਆ ਬੁਨਿਆਦੀ ਤੌਰ ਤੇ ਕਿ ਬਸ ਮੁਸਤਫਾ ਨੇ ਸੰਭਾਲ ਰੱਖਾ ਹੈ ਅੱਲਾ ਦੀ ਕਸਮ ਮੇਰੇ ਰੱਬ ਨੇ ਆਪਣੇ ਹਬੀਬ ਨੂੰ ਮੇਰਾਜ ਹੀ ਇਸ ਵਾਸਤੇ ਕਰਾਈ ਸੀ ਤੁਸੀਂ ਕਹੋਗੇ ਤੈਨੂੰ ਇਹ ਕਿੱਥੋਂ ਪਤਾ ਲੱਗਿਆ ਸੰਭਾਲਣ ਵਾਲਾ ਮੇਰੇ ਰੱਬੇ ਕਾਇਨਾਤ ਮੈਂ ਅਲਹਮਦੁਲਿਲਾਹੀ ਅਲਹਮਦੁਲਿਲਾਹੀ ਰੱਬਿਲ ਆਲਮੀਨ ਐ ਰੱਬੇ ਕਾਇਨਾਤ ਕੀ ਪਿਆ ਫਰਮਾਨਾ ਫਰਮਾ ਕੁਰਾਨ ਦਾ ਪਹਿਲਾ ਪੜਾ ਮੇਰੇ ਹਬੀਬ ਦਾ ਹਰ ਕਾਰੀ ਉਮਤੀ ਜਦੋਂ ਕੁਰਾਨ ਦੀ ਤਿਲਾਵਤ ਕਰੇਗਾ ਉਹਨੂੰ ਮੇਰੀ ਹਮਦ ਮੇਰੀ ਤਾਰੀਫ ਮੇਰੀ ਜ਼ਾਤ ਮੇਰੀ ਸਿਫਾਤ ਮੇਰੀ ਰਬੂਬੀਅਤ ਮੇਰੀ ਜਹਾਂਗੀਰੀ ਸਮਝ ਵਿੱਚ ਆਏਗੀ ਮੈਂ ਪਹਿਲੇ ਸ਼ੁਰੂ ਹੀ ਇੱਥੇ ਕੀਤਾ ਹੈ ਜਿਹੜਾ ਮੈਨੂੰ ਸਮਝੇਗਾ ਉਹੀਓ ਮੇਰੇ ਯਾਰ ਨੂੰ ਸਮਝੇਗਾ ਜਿਹਨੂੰ ਕੁਰਾਨ ਦੇ ਕਾਰੀ ਨੂੰ ਮਜਬੂਰ ਕਰ ਦਿੱਤਾ ਕੀਦਾ ਜਿਹੜਾ ਮਰਜ਼ੀ ਰੱਖੇ ਮਸੀਤ ਜਿਹੜੀ ਵੀ ਹੋਵੇ ਕੁਰਾਨ ਕਿਸੇ ਵੀ ਕੰਪਨੀ ਦਾ ਛਪਿਆ ਹੋਵੇ ਉਹ ਤਾਜ ਕੰਪਨੀ ਵਾਲਾ ਹੋਵੇ ਤੇ ਭਾਵੇਂ ਕੁਦਰਤੁੱਲਾ ਵਾਲਾ ਮਸੀਤ ਮੰਡੀ ਦੀ ਹੋਵੇ ਤੇ ਭਾਵੇਂ ਸਟੇਸ਼ਨ ਦੀ ਕੁਰਾਨ ਪੜੇਗਾ ਇਬਤਦਾ ਵਿੱਚ ਪੜੇਗਾ ਅਲਹਮਦੁਲਿਲਾਹੀ ਰੱਬਿਲ ਆਲਮੀਨ ਮੈਂ ਉਲਮਾ ਕੋਲ ਪੁੱਛਿਆ ਮਾਨਾ ਕੀ ਹੈ ਕਿ ਅੱਲਾ ਫਰਮਾਉਂਦਾ ਸਾਰੀਆਂ ਤਾਰੀਫਾਂ ਕਿੰਨਾ ਇਹਦੇ ਤਾਰੀਫ ਕਰਨ ਵਾਲਿਆਂ ਦੀਆਂ ਸਾਰੇ ਜ਼ਮਾਨਿਆਂ ਵਿੱਚ ਸਾਰੇ ਤਾਰੀਫ ਕਰਨ ਵਾਲਿਆਂ ਦੀਆਂ ਸਾਰੀਆਂ ਤਾਰੀਫਾਂ ਕਿਹਦੇ ਵਾਸਤੇ ਕਿ ਅੱਲਾ ਵਾਸਤੇ ਮੈਂ ਕਿਹਾ ਅੱਲਾ ਕੌਣ ਹੈ ਮੈਂ ਅਸਾਸਾ ਦੇ ਜੋੜੇ ਸਿੱਧੇ ਕੀਤੇ ਉਲਮਾ ਨੇ ਦੱਸਿਆ ਅੱਲਾਹ ਅਲਮੁਲ ਲਜ਼ਾਤਿਲ ਵਾਜਿਬਿਲ ਵਜੂਦੀ ਪੱਕੀ ਠੱਕੀ ਜਿਹਨੂੰ ਨਾ ਸਰਦੀ ਲੱਗੇ ਨਾ ਗਰਮੀ ਲੱਗੇ ਨਾ ਵਧੇ ਨਾ ਘਟੇ ਅੰਦਰੋਂ ਬਾਹਰੋਂ ਇੱਕੋ ਜਿਹੀ ਵਾਜਿਬੁਲ ਵਜੂਦ ਹੀ ਅਲ ਮੁਸਤਜਮਾਲੀ ਜਮੀਏ ਸਿਫਾ ਤੇ ਕਮਾਲੀਆ ਸਾਰੀ ਕਾਇਨਾਤ ਦੇ ਕਮਾਲ ਤੇ ਸਾਰੀਆਂ ਸਿਫਤਾਂ ਜਿਹਦਾ ਜਾਮੇ ਜਿਹੜੀ ਜ਼ਾਤ ਉਹਦਾ ਨਾਂ ਅੱਲਾ ਹੈ ਮੈਨੂੰ ਕਿਸੇ ਕਿਹਾ ਆਸਾਨ ਪਹਿਰਾਇਆ ਕਰ ਮੈਂ ਕਿਹਾ ਸੁਣ ਲੈ ਪਹਿਰਾਇਆ ਆਸਾਨ ਕਰ ਦੇਵਾਂ ਅੱਲਾ ਨਾ ਹੀ ਉਸ ਜ਼ਾਤ ਦਾ ਜਿਹੜੀ ਵਾਜਿਬੁਲ ਵਜੂਦ ਵੀ ਹੈ ਸਾਰੀ ਸਿਫਾ ਤੇ ਕਮਾਲੀਆਂ ਦੀ ਜਾਮੇ ਵੀ ਹੈ ਅਖੇ ਜਾਮੇ ਦਾ ਮਤਲਬ ਕੀ ਹੈ ਮੈਂ ਕਿਹਾ ਸਿਫਤਾਂ ਜਦੋਂ ਤੱਕ
اندر رہن اس وقت خدا رہندا ہے صفتاں باہر آ جاون مصطفیٰ بن جاندا ہے تینو کنے کیا میں کہا مینوں میرے ابا جی نے گل نہیں دسی لونا پر رل چلیے ذرا تھوڑا جا ٹھیک ہے وہ اعتبار دیوانا سی بھی مولوی ایو ہی ہے کہ تینو ایک نے کیا میں کہا رب نے آپ کیا کیویں میں کہا ناپیا تولیا پڑھیا پڑھایا سمجھیا سمجھایا قرآن جب میں رب کائنات دی حمد واسطے فاتحہ دی پہلے آیت پڑھی میں آیت پڑھی میں اپنے رب دی حمد بجا لیاندی میں نو اپنے رب دی ذات اتے تے صفات ازلی و ابدی اتے یقین کامل ہویا میں کہا ساریاں تعریفاں اس اللہ دیاں جڑیاں سارے جہاناں نو پالن والا اے بولو سارے جہاناں نو ذرا اچھی بولی تینوں بڑا مزہ آئے گا اے مانا تو آج تک کسے مولوی کو سنے ہی نہیں ہونا یہ دوویں مولوی صاحبان میں تو تکڑے نے بزرگ میں ڈر ڈر کے تقریر کرنی ہے بہتر تھا سی انہوں نے پچھے با لینے میں نظر ہی نہ آتا ہے الحمد میں کہا مولوی صاحبان کی کہنے کہ کاش تو پڑھے لکھے ہوں گا تینو پتا لگا حمد تیرے دو الف لام آ جاوے ادا نتیجہ ہے سارے جہان دیاں حمداں والیاں ساریاں پنڈاں للہ اللہ واسطے میں کیا کیوں اکے ایک کوئی دلیل بڑی ہے رب العالمین او اللہ اے تے سارے جہاناں دا پالن والا میں کہے سارے جہاناں دا پالن والا اوہی ہے اللہ بھی اوہی ہے میرا عقیدہ بھی کامل میں سمجھدا ہاں پھر اوندے ہوندیاں کسے دوجے دی لوڑ نہیں پیندی اوندے ہوندیاں کسے دوجے دے بوئے تے جانا نہیں چاہیدا او دے ہوندیاں کسے دوجے نو پکارنا بھی نہیں چاہیدا پر میں کراں کی توں کہنے جانا نہیں چاہیدا اللہ فرماندا ہے میں بوئی یار دا بنایا اے کہ تینوں کیویں سمجھ آئی میں کہ پیرایا سمجھ آیا قرآن دا رب کائنات دا دوجا فرمان اسے پیرائے وچ رب العالمین وچ رب کائنات نے اپنے حبیب نو کی فرمایا اپنے حبیب جدو عرش ولو فرش ولے سفر شروع ہویا تھا فرش زمین تے آ کے پھر اللہ نے اپنے حبیب دے سر تے او تاج جڑا سجایا سی او دا اظہار کیتا میرے رب کائنات فرمایا وما ارسلنا کا آخ سبحان اللہ کہہ رہی یار مولک جے تے دفعہ 44 لگی ہوئی ہے تے ڈر جے پھڑے جاؤ پھر اسی پھڑی نوں تیار آ یار میں جدو پریکٹیکلی اشارہ کراں انہوں بھی سمجھن دی کوشش کری اے اشارہ میرا نہیں ہے اے اشارہ ہے جی کہہ لے رب آپ پہ کرتا ہے کہنا وما ارسلناک الا رحمت للعالمین میں پوچھا علم والے نے مانا کیوں نہ کہ علم والے نے مانا یہ ہے اللہ اپنے حبیب نو فرماندا پیا ہے اے میرے حبیب اسا تینو سارے جہاناں واسطے رحمت بنا کے بھیجا ہے رحمت بنا کے بھیجا ہے میں کہ مینوں پوری گل سمجھ نہیں آئی اپنے ولے ربوبیت دی نسبت اے دے ولے رحمت دی نسبت اے مانا سادہ کی بنے گا علم والا کیا اسا علم والا مانا کرنا ہے تو کملیا اپنا مانا کر لے تے عارف والے دی جامع مسجد اللہ منی والا نو سنا دے اللہ کی بیا فرماندا ہے تے تینو کی سمجھ آئیے میں کہ اللہ بیا فرماندا ہے او میری حمد کرنے والے ہو آ میری حمد کرنے والے ہو میری حمد نو ہندا ویکھ کے مینو بہت بڑا سمجھن والے ہو میں قرآن وچ دا اعلان کیتا ہے وَإِن مِن شَيْءٍ إِلَّا يُسَبِّحُ بِحَمْدِهِ فرمایا میں کائنات وچ کوئی ایسی شے بنائی نہیں او شے شے ہی نہیں شے کہندے کینوں نے اللہ تو سوا جو ہے او سب شے ہے اے علم والا کیا اللہ فرماندا ہے ہووے میری بنی ہوئی
ਤੇ ਮੇਰੀ ਹਮਦ ਨਾ ਕਰੇ, ਮੇਰੀ ਤਸਬੀਹ ਨਾ ਪੜੇ। ਫਰਮਾਇਆ ਇਹ ਹੋ ਨਹੀਂ ਸਕਦਾ, ਸੱਬਾਹ ਲਿਲਾਹੀ ਮਾ ਫਿਸ ਸਮਾਵਾਤੀ ਵਮਾ ਫਿਲ ਅਰਦੀ। ਲੋਕਾਂ ਕਾ ਜ਼ਮਾਨਾ ਹੈ ਮਾਜ਼ੀ ਹੈ, ਅੱਲਾਹ ਫਰਮਾਇਆ ਯੁਸਬਿਹੁ ਲਿਲਾਹੀ ਮਾ ਫਿਸ ਸਮਾਵਾਤੀ ਵਮਾ ਫਿਲ ਅਰਦੀ। ਫਰਮਾਇਆ ਜਦੋਂ ਹਰ ਸ਼ੈ ਨੂੰ ਤੂੰ ਮੇਰੀ ਤਸਬੀਹਾਂ ਪੜਦਿਆਂ ਵੇਖਿਆ, ਤੈਨੂੰ ਮੈਂ ਵੱਡਾ ਲੱਗਿਆ। ਹੁਣ ਮੈਂ ਤੈਨੂੰ ਰੱਬ ਹੋ ਕੇ ਵਿਖਾਣਾ, ਉਸ ਮਹਿਬੂਬ ਦੀ ਬੜਾਈ ਵੇਖ। ਸ਼ੈਵਾਂ ਮੇਰੀ ਤਸਬੀਹਾਂ ਪੜਦੀਆਂ ਨੇ, ਮੈਂ ਖਾਲਿਕ ਹੋ ਕੇ ਉਹਦਾ ਦਰੂਦ ਪੜਾਂ। ਬਰੇਲੀ ਦਾ ਤਾਜਦਾਰ ਬੋਲਿਆ, ਆਪ ਨੇ ਫਰਮਾਇਆ ਸਾਰੇ ਉੱਚੋ ਸੇ ਉੱਚਾ ਸਮਝੀਏ ਜਿਸੇ ਹੈ ਉਸ ਉੱਚੇ ਸੇ ਉੱਚਾ ਹਮਾਰਾ ਨਬੀ। ਇੰਜ ਕਹਿ ਲਿਆ ਹਮਾਰਾ ਨਬੀ, ਜਦੋਂ ਕਹਿਣ ਲੱਗੇ ਹਮਾਰਾ ਹਮਾਰਾ ਨਬੀ, ਅੱਥਰ ਤੰਗੀ ਪਾ ਦਿਓ, ਖੁਸ਼ੀ ਦਿਨ ਤਿਹਾ ਹੋ ਜਾਵੇ। ਬਰੇਲੀ ਦੇ ਤਾਜਦਾਰ ਨੇ ਬੜੇ ਹਸੀਨ ਪਹਿਰਾਵੇ ਵਿੱਚ ਇੱਕ ਗੱਲ ਹੋਰ ਵੀ ਕੀਤੀ ਹੈ, ਜਿਵੇਂ ਹੁਣ ਕੀਤੀ ਹੈ ਇਵੇਂ ਇਹ ਵੀ ਕੀਤੀ। ਆਪਣੇ ਮੌਲਾ ਕਾ ਪਿਆਰਾ ਹਾਏ ਹਾਏ ਹਾਏ, ਇਹ ਜਵਾਬ ਆਇਆ ਜਵਾਬ। ਜਦੋਂ ਕਹਿੰਦਾ ਆਪਣੇ ਮੌਲਾ ਕਾ ਪਿਆਰਾ, ਇੰਜ ਕਹਿ ਲਿਆ ਜਿਵੇਂ ਉਹਨੇ ਫਕਾਨਾ ਕਾਬਾ ਕੌਸੈਨ ਉਹ ਅਦਨਾ ਹਾਏ ਫਕਾਨਾ ਕਾਬਾ ਕੌਸੈਨ, ਖੁਦਾ ਦੀ ਸਾਰੀ ਖੁਦਾਈ ਕਾਬਾ ਕੌਸੈਨ ਦੇ ਨੁਕਤੇ ਇੰਤਿਹਾ ਤੇ ਪਹੁੰਚ ਕੇ ਸਮਝਣ ਲੱਗੀ ਸੀ। ਮੁਸਤਫਾ ਦਾ ਸਿਰਾ ਲੱਭ ਪਿਆ, ਫਰਮਾਇਆ ਖੁਦਾਈ ਦੇਖ ਕੇ ਮੇਰੇ ਮੁਸਤਫਾ ਦੇ ਪੈਰਾਂ ਨੂੰ ਲੱਭ ਲਵੇ ਤਾਂ ਲੱਭ ਲਵੇ, ਸਿਰ ਮੇਰੇ ਮੁਸਤਫਾ ਦਾ ਅੱਜ ਤੱਕ ਸਿਨੇ ਜਾਣਿਆ ਨਾ ਵੇਖਿਆ ਹੈ। ਬਰੇਲੀ ਦੇ ਤਾਜਦਾਰ ਨੇ ਕਮਾਲ ਕਰ ਦਿੱਤੀ, ਫਰਮਾਇਆ ਆਪਣੇ ਮੌਲਾ ਕਾ ਪਿਆਰਾ। ਜਿਹੜੇ ਮੌਲਾ ਨੂੰ ਜਾਣਦੇ ਸਨ ਨਾ, ਉਹਨਾਂ ਆਖਿਆ ਯਾਰ ਜੋ ਆਪਣੇ ਮੌਲਾ ਕਾ ਪਿਆਰਾ ਵੇਖੀਏ ਤਾਂ ਸਹੀ। ਹਰ ਬੰਦੇ ਨੇ ਆਸ ਲਾ ਲਈ ਸ਼ਾਲਾ ਸਾਡਾ ਨਬੀ ਹੋਵੇ। ਹਾਏ ਨਹੀਂ ਸਮਝ ਆਈ ਮੈਂ ਕੀ ਕਹਿਣ ਲੱਗਾ। ਹਰ ਉਮਤੀ ਨੇ ਆਸ ਲਈ ਅੱਲਾ ਕਰੇ ਇਹ ਕੁਰਾ ਇਹ ਕੁਣਾ ਸਾਡੇ ਨਬੀ ਦੇ ਹੱਕ ਵਿੱਚ ਉਹ ਬੋਲੋ ਤਾਂ ਸਹੀ। ਪਰ ਬਰੇਲੀ ਦਾ ਤਾਜਦਾਰ ਕਹਿੰਦਾ ਆਪਣੇ ਮੌਲਾ ਕਾ ਪਿਆਰਾ ਹਮਾਰਾ ਨਬੀ, ਔਰ ਦੋਨੋਂ ਆਲਮ ਕਾ ਦੁਲਾ। ਚਲੋ ਖੁਸ਼ ਖੁਸ਼ ਹੋ ਕੇ ਪੜੋ, ਖੁਸ਼ ਖੁਸ਼ ਹੋ ਕੇ। ਦੋਨੋਂ ਆਲਮ ਕਾ ਦੁਲਾ, ਉਹ ਜਿਹੜੀ ਗੱਲ ਇਬਤਦਾ ਵਿੱਚ ਮੈਂ ਅਰਜ਼ ਕੀਤੀ ਸੀ ਨਾ, ਅਲਹਮਦੁਲਿਲਾਹ ਰੱਬਿਲ ਆਲਮੀਨ, ਇਹਦੇ ਪਰੋਂ ਫਰਮਾਉਂਦਾ ਵਮਾਰ ਸਲਨਾ ਕਾ। ਮੈਂ ਕਿੰਜ ਕਿਉਂ ਆਣਾ? ਅੱਲਾ ਫਰਮਾਇਆ ਮੈਂ ਸਾਰਿਆਂ ਦੀ ਭੁੱਲ ਕੱਢ ਦਿੱਤੀ ਹੈ, ਸਾਰਿਆਂ ਦੀ ਭੁੱਲ ਕੱਢ ਦਿੱਤੀ। ਵਮਾਰ ਸਲਨਾ ਕਾ ਸੋਹਣਿਆ, ਕੋਈ ਕੁਛ ਸਮਝੇ ਕੋਈ ਕੁਛ ਸਮਝੇ, ਮੈਥੋਂ ਵੱਧ ਕੇ ਤੈਨੂੰ ਕੌਣ ਸਮਝੇ। ਵਮਾਰ ਸਲਨਾ ਕਾ ਇਲਾ ਰਹਿਮਤ ਲਿਲ ਆਲਮੀਨ। ਮੈਨੂੰ ਕਿਸੇ ਕਿਹਾ ਦੱਸ ਫਰਮਾਨਾ ਕੀ ਹੈ, ਮੈਂ ਕਿਹਾ ਅੱਲਾ ਫਰਮਾਉਂਦਾ ਸਾਦਾ ਜਿਹਾ ਮਾਨਾ ਇਹ ਹੈ, ਰੱਬੁਲ ਆਲਮੀਨ ਦਾ ਮਾਨ ਆਇਆ ਹੈ ਜਹਾਨਾਂ ਨੂੰ ਪਾਲਣ ਵਾਲਾ, ਤੇ ਰਹਿਮਤ ਲਿਲ ਆਲਮੀਨ ਦਾ ਮਾਨ ਹੈ ਜਹਾਨਾਂ ਨੂੰ ਸੰਭਾਲਣ ਵਾਲਾ। ਬਸ ਮੁਸਤਫਾ ਨੇ ਸੰਭਾਲ। ਕਈ ਢਿੱਲੇ ਪੈ ਗਏ ਨੇ, ਕੀ ਪਦਾਰਥ ਸਾਡੇ ਨਾਲ ਦਿੱਤਾ ਹੋਵੇ, ਹੱਥ ਫੜਾਓ ਉਧਰ। ਬਸ ਮੁਸਤਫਾ ਨੇ ਸੰਭਾਲ, ਖਾਕ ਮੁਝ ਮੈਂ ਕਮਾਲ ਰੱਖਾ ਹੈ। ਉਹ ਮੈਂ ਇੱਕ ਇੱਕ ਸਾਲ ਵਾਲ ਵੀ ਸ਼ੁਕਰੀਆ ਅਦਾ ਕਰਾਂ, ਉਸ ਲਜਪਾਲ ਦਾ ਸ਼ੁਕਰੀਆ ਅਦਾ ਹੋ ਨਹੀਂ ਸਕਦਾ। ਖੇਲ ਰੱਜ ਦੇ ਬਾਰੋਂ ਮੈਂ ਕਹਿੰਦਾ ਬਸ ਮੁਸਤਫਾ ਨੇ ਸੰਭਾਲ। ਕੈਸਾ ਸੰਭਾਲਿਆ ਕੈਸਾ ਸੰਭਾਲਿਆ, ਮੇਰਾ ਅੱਜ ਦੀ ਰਾਤ ਵਿੱਚ ਆਉਣ ਵਾਲਿਆ ਮੈਂ ਨੀ ਬਦੌਲਾ ਮਾਂ ਨੇ ਹਿਕਮਤਾਂ ਬਿਆਨ ਕੀਤੀਆਂ ਹੋਣਗੀਆਂ, ਮੈਂ ਆਪਣੇ ਅੰਦਾਜ਼ ਵਿੱਚ ਕਰਾਂਗਾ। ਐਸਾ ਸੰਭਾਲਿਆ ਕਿ ਅੱਜ ਤੱਕ ਕਿਸੇ ਹੋਰ ਨੇ ਐਸਾ ਸੰਭਾਲਿਆ ਹੀ ਨਹੀਂ।
ਮੈਂ ਸੰਭਾਲਣ ਵਿੱਚੋਂ ਕਹਿਣਾ, ਮੈਨੂੰ ਨਹੀਂ ਪਤਾ ਤੁਹਾਡੇ ਖਤੀਬ ਸਾਹਿਬ ਨੇ ਬਿਆਨ ਕੀਤਾ ਨਹੀਂ ਕੀਤਾ, ਮੈਂ ਸੰਭਾਲਣ ਦੀ ਇੱਕ ਮਿਸਾਲ ਦੇਣ ਲੱਗਾ ਜਿਹੜਾ ਮੈਂ ਪੜ੍ਹਿਆ ਹਿਕਮਤੇ ਮੇਰਾਜ ਵਿੱਚ। ਮੈਂ ਪੜ੍ਹਿਆ ਮੇਰੇ ਔਰ ਤੇਰੇ ਆਕਾ ਮੌਲਾ ਸੱਲੱਲਾਹੁ ਅਲੈਹਿ ਵਸੱਲਮ ਐਵੇਂ ਥੋੜ੍ਹੀ ਦੇਰ ਵਾਸਤੇ ਅੱਖ ਨੂੰ ਉੱਠ ਕੇ ਲੰਮੇ ਪਏ। ਮੈਂ ਸੌਣ ਮੰਨਦਾ ਹੀ ਨਹੀਂ ਆਪਣੇ ਰਸੂਲ ਵਾਸਤੇ, ਸੌਣ ਨਹੀਂ ਮੰਨਦਾ। ਇਹ ਅੱਗੇ ਜਾ ਕੇ ਤੈਨੂੰ ਬਿਆਨ ਕਰਾਂਗਾ, ਸੌਣ ਕੋਈ ਨਹੀਂ, ਐਵੇਂ ਅੱਖ ਨੁੱਟੀ, ਕਿਉਂ ਨੁੱਟੀ ਇਹ ਵੀ ਦੱਸਾਂਗਾ। ਇਸ ਵਾਸਤੇ ਨੁੱਟੀ ਹੈ ਮੈਂ ਅੱਖ ਨੂਟ ਲਵਾਂ, ਇਹਨਾਂ ਦੀ ਅੱਖ ਲੱਗ ਜਾਵੇ। ਮੇਰੇ ਅੱਖ ਨੁੱਟਣ ਦੀ ਇਸ ਅਦਾ ਵਿੱਚ ਖੁਦਾ ਦੀ ਇਨਸਾਨੀ ਮਖਲੂਕ ਦਾ ਭਲਾ ਹੋ ਜਾਵੇ। ਮੈਂ ਐਵੇਂ ਐਵੇਂ ਸੌ ਜਾਵਾਂ, ਇਹ ਵਿੱਚੋਂ ਵਿੱਚੋਂ ਸੌ ਜਾਣਾ। ਜੋ ਮੈਂ ਮੇਰੇ ਰਾਜ ਵਿੱਚ ਉਲਮਾ ਕੋਲੋਂ ਸੁਣਿਆ ਪੜਿਆ, ਪਰ ਮੈਂ ਮੇਰੇ ਆਕਾ ਐਵੇਂ ਅੱਖ ਨੂੰ ਉੱਠ ਕੇ ਪਏ। ਜਿਬਰੀਲ ਆਇਆ, ਕਿਸ ਅੰਦਾਜ਼ ਵਿੱਚ ਆਇਆ, ਉਡਾਰੀ ਮਾਰੀ ਸਿਦਰਾ ਤੋਂ, ਉਡਾਰੀ ਮਾਰੀ ਸਿਦਰਾ ਤੋਂ, ਪਰ ਖੋਲੇ ਸਿਦਰਾ ਤੇ ਮੇਰੇ ਆਕਾ ਨੇ ਜਿਬਰੀਲ ਦੇ ਪਰਾਂ ਦੇ ਖੁੱਲਣ ਦੀ ਆਵਾਜ਼ ਮੱਕਾ ਸ਼ਰੀਫ ਸੁਣ ਲਈ। ਏਡੇ ਤਕੜੇ ਕੰਨ ਨੇ ਮੇਰੇ ਰਸੂਲ ਦੇ, ਜਿਬਰੀਲ ਦੇ ਪਰ ਵੀ ਖੁੱਲਣ ਤੇ ਮੇਰਾ ਰਸੂਲ ਸੁਣ ਲੈਂਦਾ ਹੈ। ਆਰਬ ਵਾਲੇ ਦੀ ਮਸੀਤ ਬਹਿ ਕੇ ਤੂੰ ਦਰੂਦ ਸਲਾਮ ਪੜੇ, ਉਹ ਕਿਵੇਂ ਨਾ ਸੁਣੇ ਯਾਰ। ਪਰ ਇਹ ਵੀ ਯਾਦ ਰੱਖੀ, ਜਿਬਰੀਲ ਨਾਲ ਤੂੰ ਜ਼ਿਆਦਾ ਪਿਆਰਾ ਹੈ ਮੇਰੇ ਰਸੂਲ ਨੂੰ। ਹਾਂ ਇਹ ਵੀ ਯਾਦ ਰੱਖੀ, ਜਿਬਰੀਲ ਨਾਲੋਂ ਤੂੰ ਜ਼ਿਆਦਾ ਪਿਆਰਾ ਹੈ ਮੇਰੇ ਰਸੂਲ ਨੂੰ। ਇਸ ਵਾਸਤੇ ਕਿ ਜਿਬਰੀਲ ਨੇ ਵੀ ਮੇਰੇ ਰਸੂਲ ਕੋਲ ਖੈਰਾਤ ਤੇਰੇ ਹੀ ਪਿਆਰ ਦਾ ਵਾਸਤਾ ਦੇ ਕੇ ਲੰਘੀ ਹੈ ਨਾ। ਇਹ ਉਹਨੂੰ ਵੀ ਪਤਾ ਸੀ, ਇੰਨਾ ਪਿਆਰ ਮੇਰੇ ਨਾਲ ਨਹੀਂ ਜਿੰਨਾ ਪਿਆਰ ਆਪਣੀ ਉਮਤ ਨਾਲ। ਕਹਿੰਦੇ ਨੇ ਮੇਰੇ ਆਕਾ ਮੌਲਾ ਸੈਯਦੇ ਦੋ ਆਲਮ ਸੱਲੱਲਾਹੁ ਅਲੈਹਿ ਵਸੱਲਮ ਨੇ ਜਿਬਰੀਲ ਦੇ ਦਿਲ ਨਵਾਜ਼ ਪਰਾਂ ਦੀ ਆਵਾਜ਼ ਸੁਣੀ, ਹਾਜ਼ਰ ਹੋਏ, ਸਲਾਮ ਅਰਜ਼ ਕੀਤਾ। ਸਲਾਮ ਅਰਜ਼ ਕਰਕੇ ਅਰਜ਼ ਕੀਤਾ, ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ, ਥੋੜ੍ਹੀ ਦੇਰ ਵਾਸਤੇ ਵਾਦੀਏ ਬਤਾ ਤੋਂ ਬਾਹਰ ਚਲੀਏ। ਸਰਕਾਰ ਬਾਹਰ ਤਸ਼ਰੀਫ ਲੈ ਗਏ, ਜਿਬਰੀਲ ਨੇ ਹਾਲਾਤ ਸਾਹਮਣੇ ਕੀਤੇ, ਫਰਮਾ ਵੇਖ ਉਮਤ ਦੇ ਆਮਾਲੇ ਸਈਆ ਕੈਫੀਆ ਤੇ ਬਦ, ਮੇਰੇ ਜੈਸੇ ਰੂਸੀਆਵਾਂ ਦੇ ਕਰਤੂਤ ਤੇ ਬਦਾਮਲੀਆਂ ਮੇਰੇ ਰਸੂਲ ਨੇ ਮੁਲਾਦਾ ਕੀਤੀਆਂ। ਸੀਨਾ ਜ਼ਖਮੀ ਹੋਇਆ, ਦਿਲ ਮਜਰੂਹ ਹੋਇਆ, ਵਾਪਸ ਆਏ। ਫਰਮਾ ਜਿਬਰੀਲ ਇਹ ਵਿਖਾਇਆ ਵੀ ਇਹ ਅਗਲੀ ਗੱਲ, ਅਖੇ ਅਗਲੀ ਗੱਲ ਇਹ ਹੈ, ਰੱਬ ਨੇ ਫਰਮਾਇਆ ਜਾ ਮੇਰੇ ਹਬੀਬ ਨੂੰ ਜਾ ਕੇ ਕਹਿ ਦੇ ਇਸ ਕਾਇਨਾਤ ਤੇ ਫਰਸ਼ੀ ਉੱਤੇ ਤੈਨੂੰ ਸੌਣ ਵਾਸਤੇ ਨਹੀਂ ਭੇਜਿਆ। ਇਬਾਦਤ ਰਿਆਜ਼ਤ ਕਮਖੋਰੀ ਸ਼ਬ ਬੇਦਾਰੀ ਗਿਰਿਆਜ਼ਾਰੀ ਤੇਰੀ ਆਓ ਫੁਗਾਂ ਤੇਰਾ ਰੋਣਾ ਧੋਣਾ। ਫਰਮਾਇਆ ਜਿਬਰੀਲ ਐਵੇਂ ਗੱਲ ਕਰਦਾ ਪਿਆ ਕੋਲੋਂ, ਕਿ ਉਹਨੇ ਕਿਹਾ ਹੁਣ ਮੈਨੂੰ ਆਪਣੇ ਕੋਲੋਂ ਕਰਨ ਦੀ ਕੀ ਲੋੜ ਹੈ, ਮੈਂ ਕੁਰਾਨ ਦੀ ਇਕਾਇਤ ਪੇਸ਼ ਕਰ ਦਿੱਤੀ। ਜਿਬਰੀਲ ਖੜੇ ਹੋ ਗਏ, ਜਿਬਰਾਈਲ ਐਸਾ ਸਮਾਂ ਆ ਗਿਆ ਜਦੋਂ ਜਿਬਰੀਲ ਨੇ ਸਰਕਾਰ ਦੀ ਬਾਰਗਾਹ ਵਿੱਚ ਕੁਰਾਨ ਪੜਿਆ ਹੋਵੇਗਾ।